ਅਰਸ਼ੋ ਤੇ ਤੁਹਾਡੀ ਪੇਸ਼ੇ ਨਜ਼ਰ ਹੈ, ਪ੍ਰਵਾਸ ਤੇ ਇੱਕ ਰਿਪੋਰਟ ਹੈ। ਇਹਨੇ ਦਿਨੀ ਇੱਕ ਫਿਲਮ ਬੜੀ ਚਰਚਾ ਦੇ ਵਿੱਚ ਹੈ, ਡੌਂਕੀ। ਇਹ ਡੌਂਕੀ ਲਫ਼ਜ਼ ਪੰਜਾਬੀਆਂ ਦੀ ਦੇਣ ਹੈ। ਹਰ ਸਾਲ ਹਜ਼ਾਰਾਂ ਭਾਰਤੀ ਪੰਜਾਬੀ ਗੈਰ ਕਾਨੂੰਨੀ ਤਰੀਕਿਆਂ ਨਾਲ ਅਮੈਰੀਕਾ, ਬ੍ਰਿਟੇਨ, ਕੈਨੇਡਾ ਜਾਂ ਦੁਨੀਆ ਦੇ ਹੋਰ ਹਿੱਸੇ ਨੂੰ ਜਾਣ ਦਾ ਸਮਾਨ ਬੰਨ ਲੈਂਦੇ ਨੇ। ਉਹ ਸਮਾਨ ਬੰਨਦਿਆਂ ਬੰਨਦਿਆਂ ਜੋ ਰਸਤਾ ਅਖਤਿਆਰ ਕਰਦੇ ਨੇ ਉਸ ਰਸਤੇ ਨੂੰ ਡੌਂਕੀ ਰੂਟ ਕਿਹਾ ਜਾਂਦਾ। ਇਹ ਡੌਂਕੀ ਰੂਟ ਇੰਨਾ ਖਤਰਨਾਕ ਹੈ, ਮਾਲਟਾ ਕਾਂਡ, ਹੋਰ ਪਤਾ ਨਹੀਂ ਕਿਹੜੇ ਕਿਹੜੇ ਕਾਂਡ ਇਸ ਦੀ ਸਦੀਵੀ ਯਾਦ ਦਵਾਉਂਦੇ ਨੇ। ਸੋ ਹਾਲ ਹੀ ਦੇ ਵਿੱਚ ਰਿਲੀਜ਼ ਹੋਈ ਫਿਲਮ ਡੌਂਕੀ ਨੇ ਫਿਰ ਇਸ ਡੌਂਕੀਆਂ ਦੀਆਂ ਸੁਰਖੀਆਂ ਨੂੰ ਪੂਰੇ ਸੰਸਾਰ ਦੇ ਵਿੱਚ ਫੈਲਾ ਦਿੱਤਾ। ਖਾਸ ਕਰਕੇ ਡੌਂਕੀ ਲਫ਼ਜ਼ ਜਿਹੜੀ ਇਹ ਪੰਜਾਬ ਦੇ ਵਿੱਚ ਬੜਾ ਚਰਚਿਤ ਹੈ, ਪਰ ਇਹ ਫਿਲਮ ਬਣਨ ਦਾ ਕਾਰਨ ਪਿੱਛੇ ਜਿਹੇ ਗੁਜਰਾਤ ਜਿਹੜਾ ਮਾਡਲ ਹੈ ਉਹ ਵੀ ਜਨਤਕ ਹੋ ਗਿਆ। ਜਗਦੀਸ਼ ਬਲਦੇਵ ਭਾਈ ਪਟੇਲ 39 ਵਰਿਆਂ ਦੇ ਸੀ ਜਦੋਂ ਉਹ ਅਮੈਰੀਕਾ ਜਾਣ ਲਈ ਆਪਣੇ ਪਿੰਡ ਗੁਜਰਾਤ 'ਚੋਂ ਨਿਕਲੇ। ਆਪਣੀ ਅੱਖਾਂ ਦੇ ਅੱਗੇ ਉਹਨਾਂ ਨੇ ਬਿਹਤਰ ਜ਼ਿੰਦਗੀ ਦੇ ਸੁਪਨੇ ਸਿਰਜੇ। ਉਹਨਾਂ ਦੀ ਪਤਨੀ ਵਿਸ਼ਾਲੀ ਬੇਨ ਅਤੇ ਨਾਲ ਉਹਨਾਂ ਦੇ 11 ਸਾਲ ਦੀ ਬੇਟੀ ਬਹੰਗੀ ਅਤੇ 3 ਸਾਲ ਦਾ ਬੇਟਾ ਧਰਮਿਕ, ਇਹ ਸਾਰੇ ਨਾਲ ਸਨ। ਦੋ ਬੱਚੇ, ਦੋਏ ਮੀਆਂ ਬੀਬੀ ਆਪ। ਗੁਜਰਾਤ ਦੇ ਗਾਂਧੀ ਨਗਰ ਜ਼ਿਲ੍ਹੇ ਦੇ ਡੰਗੂਚਾ ਪਿੰਡ ਦਾ ਇਹ ਪਰਿਵਾਰ 12 ਜਨਵਰੀ ਨੂੰ ਵਿਜ਼ਟਰ ਵੀਜ਼ੇ 'ਤੇ ਕੈਨੇਡਾ ਪਹੁੰਚਿਆ ਸੀ ਅਤੇ ਇਸ ਦੌਰਾਨ 6 ਦਿਨ ਬਾਅਦ ਇਹ ਪਰਿਵਾਰ ਅਮੈਰੀਕਾ ਕੈਨੇਡਾ ਸਰਹੱਦ 'ਤੇ ਵਸੇ ਐਮਰਸਨ ਕਸਬੇ ਦੇ ਵਿੱਚ ਸੀਗਾ, ਜਿੱਥੇ ਸਰਦੀਆਂ ਦੇ ਵਿੱਚ ਰਾਤ ਦਾ ਤਾਪਮਾਨ ਆਮ ਤੌਰ 'ਤੇ -35 ਡਿਗਰੀ ਨੂੰ ਪਹੁੰਚ ਜਾਂਦਾ ਹੈ, ਕਿਉਂਕਿ ਅਮੈਰੀਕਾ ਜਾਣਾ ਸੀ, ਉੱਥੋਂ ਦਾ ਇਹਨਾਂ ਕੋਲ ਵੀਜ਼ਾ ਨਹੀਂ ਸੀ, ਦਿਨ ਦੇ ਵਿੱਚ ਫੜੇ ਜਾਣ ਦਾ ਡਰ ਸੀ। ਇਸ ਲਈ ਮੰਨਿਆ ਜਾਂਦਾ ਕਿ ਜਿਹੜੀ ਇਸ ਸੰਬੰਧੀ ਹੱਡਾਂ ਨੂੰ ਠਾਰਦੀ ਉਸ ਰਾਤ ਨੂੰ ਇਸ ਪਰਿਵਾਰ ਨੇ ਪੈਦਲ ਅਮੈਰੀਕਾ ਦਾ ਬਾਰਡਰ ਕ੍ਰੋਸ ਕਰਨ ਦੀ ਕੋਸ਼ਿਸ਼ ਕੀਤੀ। ਇਹਨਾਂ ਚਾਰਾਂ ਦੀਆਂ ਲਾਸ਼ਾਂ ਅਗਲੇ ਦਿਨ ਅਮੈਰੀਕਾ ਬਾਰਡਰ ਦੀ ਸੀਮਾ 'ਤੇ 12 ਮੀਟਰ ਪਹਿਲਾਂ ਬਰਫ਼ ਦੇ ਵਿੱਚੋਂ ਮਿਲੀਆਂ। ਗੁਜਰਾਤ ਪੁਲਿਸ ਦੀ ਤਫਤੀਸ਼ ਦੇ ਵਿੱਚ ਖੁਲਾਸਾ ਹੋਇਆ ਸੀ ਕਿ ਇਹਨਾਂ ਨੂੰ ਕੁਝ ਏਜੰਟਾਂ ਨੇ ਬਹਿਕਾਵੇ ਦੇ ਵਿੱਚ ਲਿਆਂਦਾ ਜਾਂ ਆਪ ਇਹਨਾਂ ਦਾ ਖੂਹ ਪੱਟ ਕੇ ਪਾਣੀ ਪੀਣ ਦੀ ਜੋ ਮਨਸ਼ਾ ਸੀ ਉਹ ਸੁਪਨਵਈ ਨਿਕਲੀ। ਇਸ ਸੰਬੰਧੀ ਇਹ ਬਲਦੇਵ ਭਾਈ ਪਟੇਲ 39 ਵਰਿਆਂ ਦੇ ਕੁਝ ਪੈਸਾ ਟਕਾ ਆਪਣੇ ਘਰ ਘਾਟ ਦਾ ਦੇ ਕੇ ਆਪਣੇ ਪਰਿਵਾਰ ਸਮੇਤ, ਆਪਣੀ ਧੀ ਅਤੇ ਆਪਣੇ ਬੱਚੇ ਸਮੇਤ ਜੋ ਨਾਬਾਲਗ ਸੀ ਇਸ ਰਸਤੇ ਨੂੰ ਚੁਣਦੇ ਨੇ। ਉਹ ਅਮੈਰੀਕਾ ਦੇ ਵਿੱਚ ਪ੍ਰਵੇਸ਼ ਨਹੀਂ ਕਰ ਪਾਏ, ਲੇਕਿਨ ਇਸ ਸੰਬੰਧੀ ਪਿਓਰ ਸੱਚ ਦੇ ਮੁਤਾਬਕ ਭਾਰਤ ਵਿੱਚ ਹਰ ਸਾਲ 7 ਲੱਖ ਤੋਂ ਵੱਧ ਲੋਕ ਨਜਾਇਜ਼ ਤਰੀਕੇ ਨਾਲ ਅਮੈਰੀਕਾ ਪਹੁੰਚਦੇ ਨੇ ਅਤੇ ਕਈ ਹਜ਼ਾਰ ਲੋਕ ਬ੍ਰਿਟੇਨ, ਕੈਨੇਡਾ ਦੇ ਵਿੱਚ ਵੀ ਇਸ ਤਰ੍ਹਾਂ ਜਾਣ ਦੀ ਕੋਸ਼ਿਸ਼ ਕਰਦੇ ਨੇ। ਇਹਨਾਂ ਰਸਤਿਆਂ ਜਾਂ ਤਰੀਕਿਆਂ ਨੂੰ ਡੌਂਕੀ ਰੂਟ ਕਿਹਾ ਜਾਂਦਾ। ਇਹ ਖੇਡ ਤਾਂ ਸਾਲਾਂ ਤੋਂ ਚੱਲ ਰਿਹਾ। ਹਾਲ ਹੀ ਦੇ ਵਿੱਚ ਰਾਜਕੁਮਾਰ ਹੈਰਾਨੀ ਦੀ ਨਿਰਦੇਸ਼ਤ ਫਿਲਮ ਡੌਂਕੀ ਦੀ ਵਜ੍ਹਾ ਦੇ ਨਾਲ ਇਹ ਜ਼ਿਆਦਾ ਚਰਚਾ 'ਚ ਆਈ ਹੈ। ਡੌਂਕੀ ਅਸਲ ਦੇ ਵਿੱਚ ਪੰਜਾਬੀ ਦਾ ਜਿਹੜਾ ਲਫ਼ਜ਼ ਹੈ ਦੁੜਕੀ, ਉਸ ਦਾ ਬਦਲਿਆ ਰੂਪ ਹੈ। ਇਹ ਮੰਨਿਆ ਜਾਂਦਾ ਕਿ ਡੌਂਕੀ ਲਫ਼ਜ਼ ਪੰਜਾਬੀ ਸ਼ਬਦ ਦੁੜਕੀ ਤੋਂ ਜਾਂ ਦੁਨਕੀ ਤੋਂ ਸ਼ੁਰੂ ਹੁੰਦਾ, ਜਿਸ ਦਾ ਅਰਥ ਹੁੰਦਾ ਕਿ ਰੁਕ ਰੁਕ ਕੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਮੂਵ ਹੋਣਾ। ਇਸ ਦਾ ਅਰਥ ਖਾਸ ਕਰਕੇ ਵੱਖ ਵੱਖ ਸਥਾਨਾਂ 'ਤੇ ਵੱਖੋ ਵੱਖਰੇ ਤਰੀਕੇ ਨਾਲ ਨਜਾਇਜ਼ ਤਰੀਕੇ ਦੇ ਵਿੱਚ ਡੌਂਕੀ ਮਾਰਨਾ, ਕਿਸੇ ਦੇਸ਼ ਦੇ ਵਿੱਚ ਜਾਂ ਕਿਸੇ ਡੈਸਟੀਨੇਸ਼ਨ, ਕਿਸੇ ਟਿਕਾਣੇ 'ਤੇ ਪ੍ਰਵੇਸ਼ ਕਰਨਾ। ਉਦਾਹਰਣ ਦੇ ਤੌਰ 'ਤੇ ਬ੍ਰਿਟੇਨ ਜਾਣ ਦੀ ਕੋਸ਼ਿਸ਼ ਕਰਨ ਵਾਲੇ ਯੂਰਪੀਅਨ ਯੂਨੀਅਨ ਦਾ ਟੂਰਿਸਟ ਵੀਜ਼ਾ ਹਾਸਲ ਕਰਦੇ ਨੇ ਅਤੇ ਅਮੈਰੀਕਾ ਜਾਣ ਵਾਲੇ ਕੈਨੇਡਾ ਜਾਂ ਹੋਰ ਮੁਲਕਾਂ ਦਾ ਜਾਂ ਜਿਸ ਤਰ੍ਹਾਂ ਨਿਕਾਰਾਗੂਆ, ਇਕਵਾਡੋਰ ਦਾ ਵੀਜ਼ਾ ਔਨ ਅਰਾਈਵਲ ਪ੍ਰਾਪਤ ਕਰਦੇ ਨੇ, ਪਹਿਲਾਂ ਮੈਕਸੀਕੋ ਅਤੇ ਫਿਰ ਬਾਅਦ ਵਿੱਚ ਅਮੈਰੀਕਾ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰਦੇ ਨੇ। ਹਾਲਾਂਕਿ ਇਹ ਨਜਾਇਜ਼ ਪ੍ਰਵਾਸ ਕਦੇ ਸਿੱਧੇ ਰਸਤੇ 'ਤੇ ਨਹੀਂ ਹੁੰਦਾ,
ਇਸ ਸੰਬੰਧੀ ਜਿਹੜੇ ਏਜੰਟਸ ਨੇ ਇਹ ਅਜਿਹੇ ਜੋਖਮ ਵਾਲੇ ਰਸਤੇ ਤਲਾਸ਼ਦੇ ਨੇ ਜਿਨ੍ਹਾਂ 'ਤੇ ਕਦਮ ਕਦਮ ਖਤਰਨਾਕ ਹੁੰਦਾ। IOS ਦਾ ਅੰਦਾਜ਼ਾ ਹੈ, IOM ਦਾ ਅੰਦਾਜ਼ਾ ਹੈ ਕਿ ਸਾਲ 2014 ਦੇ ਵਿੱਚ ਅਮੈਰੀਕਾ ਦੇ ਵਿੱਚ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਤੋਂ ਪਹੁੰਚਣਾ ਅਤੇ ਫਿਰ 50,000 ਤੋਂ ਵੀ ਜ਼ਿਆਦਾ ਇਸ ਤਰ੍ਹਾਂ ਦੇ ਲੋਕ ਉੱਥੇ ਮਾਰੇ ਗਏ ਨੇ ਜੋ ਅਮੈਰੀਕਾ ਪਹੁੰਚਣ ਦੀ ਕੋਸ਼ਿਸ਼ ਕਰਦੇ ਸੀ ਜਾਂ ਲਾਪਤਾ ਨੇ। ਇਸ ਸੰਬੰਧੀ ਇਹ ਜਿਹੜਾ ਰੂਟ ਹੈ, ਅਮੈਰੀਕਾ ਜਾਣ ਦਾ ਜਿਹੜਾ ਕੁਖਿਆਤ ਡੋਂਕੀ ਰੂਟ ਹੈ, ਇਹ ਬਹੁਤ ਸਾਰੇ ਮੁਲਕਾਂ 'ਚੋਂ ਇਕਵਾਡੋਰ, ਕੋਲੰਬੀਆ, ਪਨਾਮਾ, ਕੋਸਟਾਰੀਕਾ, ਨਿਕਾਰਾਗੁਆ, ਹੰਡੂਰਸ, ਗੁਆਟੇਮਾਲਾ, ਫਿਰ ਲੰਮਾ ਰਸਤਾ ਮੈਕਸੀਕੋ ਦਾ ਅਤੇ ਫਿਰ ਅਮੈਰੀਕਾ ਐਂਟਰੀ। ਅਤੇ ਅਮੈਰੀਕਾ ਅਤੇ ਮੈਕਸੀਕੋ ਦੀ ਸੀਮਾ 'ਤੇ ਦੁਆਰ ਹੈ, ਬਹੁਤ ਜਗ੍ਹਾ 'ਤੇ ਖਤਰਨਾਕ ਜਾਲੀਆਂ ਲੱਗੀਆਂ ਨੇ, ਬਹੁਤ ਸਾਰਾ ਡੋਂਕੀ ਰੂਟ ਐਡਾ ਖਤਰਨਾਕ ਹੈ, ਰੋਜ਼ ਅਸੀਂ ਵੀਡੀਓ ਦੇਖਦੇ ਹਾਂ, ਪਰ ਇਹ ਸਿਲਸਿਲਾ ਨਹੀਂ ਰੁਕਦਾ। ਕਿਤੇ ਨਾ ਕਿਤੇ ਉਹ ਜਿਹੜੇ ਸਾਡੇ ਲੋਕ ਗੀਤ ਨੇ, ਆਉਂਦੀ ਕੁੜੀਏ ਜਾਂਦੀ ਕੁੜੀਏ, ਪਾਣੀ ਡੋਲਿਆ ਤਿਲਕਣ ਨੂੰ ਵੀਰੇ, ਉੱਠ ਗਏ ਰੁਪਈਆਂ ਵਾਲੀ ਮਿਰਕਣ ਨੂੰ, ਉਹ ਜਿਹੜੀ ਸਾਡੇ ਮਨਸ਼ਾ ਨਾ, ਹਾਲਾਂਕਿ ਪੰਜਾਬਣ ਵਰਜਦੀ ਹੈ, ਦੁਆਬੇ ਦੇ ਲੋਕ ਗੀਤ ਨੇ ਜਿਹੜੇ ਇਸ ਦਰਦ ਨੂੰ ਬਿਆਨਦੇ ਨੇ। ਵੇਦਮਾਂ ਦੇ ਲੋਭੀਆ ਪਰਦੇਸ ਨਾ ਜਾਈ, ਮੈਂ ਕੱਤਾਂਗੀ ਨਿਕੜਾ ਤੂੰ ਬੈਠ ਹੰਡਾਈ, ਮੈਂ ਪੀਸਾਂਗੀ ਨਿਕੜਾ ਤੂੰ ਬਹਿ ਬਹਿ ਖਾਈ, ਪਰ ਕੀ ਨਿਕੜੇ ਕੀ ਵੱਡੜੇ, ਇਸ ਕੋਸ਼ਿਸ਼ ਦੇ ਵਿੱਚ ਨੇ ਕਿ ਵੱਡੇ ਮੁਲਕ ਪਹੁੰਚਿਆ ਜਾਵੇ, ਦੇਸ਼ ਦੀ ਅੱਧੀ ਅਤੇ ਪ੍ਰਦੇਸ਼ ਦੀ ਸਾਰੀ ਇੱਕ ਬਰਾਬਰ ਹੁੰਦਾ ਹੈ। ਕੰਧ ਉੱਲੇ ਪ੍ਰਦੇਸ਼ ਹੈ, ਪਹਾੜ ਅਤੇ ਪ੍ਰਦੇਸ਼ ਦੂਰੋਂ ਬਹੁਤ ਸੋਹਣੇ ਲੱਗਦੇ ਨੇ, ਪਰ ਇਹਨਾਂ ਦਾ ਦਰਦ ਅਤੇ ਉੱਥੋਂ ਦੀ ਦਸ਼ਾ ਅਤੇ ਦਿਸ਼ਾ ਬੜੀ ਦਰਦਨਾਕ ਵੀ ਹੁੰਦੀ ਹੈ। ਇਹ ਜਿਹੜਾ ਨਜਾਇਜ਼ ਪ੍ਰਵਾਸ ਹੈ, ਜੋ ਅੰਕੜੇ ਨੇ ਕਿ ਭਾਰਤ ਤੋਂ ਹੋਣ ਵਾਲਾ ਨਜਾਇਜ਼ ਪ੍ਰਵਾਸ ਬਹੁਤਾ ਅਮੈਰੀਕਾ ਲਈ ਹੁੰਦਾ, 52% ਜਿਹੜੇ ਲੋਕ ਨੇ ਉਹ ਅਮੈਰੀਕਾ ਦਾ ਰੂਟ ਅਪਣਾਉਂਦੇ ਨੇ। ਇਸ ਸੰਬੰਧੀ ਫਿਰ ਜਰਮਨੀ, ਸਾਊਦੀ ਅਰਬ, ਰਸ਼ੀਆ, ਬ੍ਰਿਟੇਨ, ਇਸ ਤਰ੍ਹਾਂ ਦੇ ਬਹੁਤ ਸਾਰੇ ਅੰਕੜੇ ਸਾਹਮਣੇ ਆਉਂਦੇ ਨੇ। ਅਮੈਰੀਕਾ ਦੇ ਵਿੱਚ ਨਜਾਇਜ਼ ਪ੍ਰਵਾਸ ਦੇ ਮਾਮਲੇ 'ਚ ਭਾਰਤ ਪੂਰੀ ਦੁਨੀਆ 'ਚੋਂ ਤੀਸਰੇ ਨੰਬਰ 'ਤੇ ਆ। ਸਭ ਤੋਂ ਵੱਧ ਮੈਕਸੀਕਨ ਲੋਕ ਨੇ, ਜਿਹੜੇ 41% ਨੇ ਜੋ ਅਮੈਰੀਕਾ ਦੇ ਵਿੱਚ ਪ੍ਰਵਾਸ ਕਰਦੇ ਨੇ ਮੈਕਸੀਕੇ। ਦੂਸਰੇ ਨੰਬਰ 'ਤੇ ਐਲ ਸਲਵਾਡੋਰ ਦੇ ਲੋਕ ਨੇ ਜੋ ਅਮੈਰੀਕਾ ਦੇ ਵਿੱਚ ਨਜਾਇਜ਼ ਪ੍ਰਵਾਸ ਦਾ 8% ਨੇ। ਤੀਜੇ ਨੰਬਰ 'ਤੇ ਅਸੀਂ ਭਾਰਤੀ ਹਾਂ, ਜੋ ਉੱਥੋਂ ਹੋ ਰਹੇ ਨਜਾਇਜ਼ ਪ੍ਰਵਾਸ ਦੇ ਵਿੱਚ ਅਸੀਂ 7.25% ਹਾਂ। ਚੌਥੇ ਨੰਬਰ 'ਤੇ ਗੁਆਟੇਮਾਲਾ 7% ਅਤੇ ਪੰਜਵੇਂ ਨੰਬਰ 'ਤੇ ਹੋਂਡੂਰਸ 5.25%। ਹਾਲਾਂਕਿ ਇਸ ਦੌਰਾਨ ਅੰਕੜੇ ਨੇ ਕਿ ਅਮੈਰੀਕਾ ਦੇ ਵਿੱਚ ਫੜੇ ਗਏ ਨਜਾਇਜ਼ ਪ੍ਰਵਾਸੀ ਨੇ ਜਿਹੜੇ, ਉਹਨਾਂ ਦੇ ਜਿਹੜੇ ਸਰੋਤ ਨੇ US ਦੇ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਜਿਹੜੇ ਅੰਕੜੇ ਨੇ ਕਿ 2018 ਦੇ ਵਿੱਚ 8,029 ਲੋਕ ਫੜੇ ਗਏ, 2019 ਦੇ ਵਿੱਚ 19,883 ਲੋਕ ਅਮੈਰੀਕਾ ਵੜਦੇ ਫੜੇ ਗਏ, 2020 ਦੇ ਵਿੱਚ 30,662, 2021 ਦੇ ਵਿੱਚ 63,927 ਅਤੇ 2022 ਦੇ ਵਿੱਚ 96,917 ਬੰਦਾ ਉਹ ਹੈ ਜਿਹੜਾ ਅਮੈਰੀਕਾ ਵੜਦਾ ਫੜਿਆ ਗਿਆ। ਇਸ ਸੰਬੰਧੀ ਇਹ ਸਾਲ ਦਰ ਸਾਲ ਇਹ ਪ੍ਰਵਾਸ ਲਗਾਤਾਰ ਜਿਹੜਾ ਗੈਰ ਕਾਨੂੰਨੀ ਹੈ ਉਹ ਵੱਧਦਾ ਜਾ ਰਿਹਾ। ਇਸ ਸੰਬੰਧੀ ਦਿੱਲੀ ਤੋਂ ਕਰੀਬ 14,000 ਕਿਲੋਮੀਟਰ ਦੂਰੀ 'ਤੇ ਲੈਟਿਨ ਅਮਰੀਕਾ ਦਾ ਦੇਸ਼ ਇਕਵਾਡੋਰ ਜਾਇਆ ਜਾਂਦਾ ਹੈ, ਇਸ ਦੇ ਲਈ ਫਲਾਈਟ ਲਈ ਜਾਂਦੀ ਹੈ। ਵੀਜ਼ਾ ਔਨ ਅਰਾਈਵਲ ਦੀ ਵਜ੍ਹਾ 'ਤੇ ਉੱਥੇ ਵੀਜ਼ਾ ਮਿਲਣ ਦੇ ਵਿੱਚ ਕੋਈ ਦਿੱਕਤ ਨਹੀਂ ਹੈ।
ਇਸ ਸੰਬੰਧੀ ਫਿਰ ਕਿਵੇਂ 4600 ਕਿਲੋਮੀਟਰ ਲੰਮਾ ਰੂਟ ਇਹ ਗੁਜ਼ਰਦਾ ਕਿਹੜੇ ਕਿਹੜੇ ਮੁਲਕਾਂ 'ਚੋਂ ਅੱਗੇ ਜਾ ਕੇ। ਇਕੁਆਡੋਰ ਉਤਰਨ ਤੋਂ ਬਾਅਦ ਸਭ ਤੋਂ ਪਹਿਲਾਂ ਟੀਚਾ ਹੁੰਦਾ ਕੋਲੰਬੀਆ ਪਹੁੰਚਣ ਦਾ। ਇਹ ਰਸਤਾ ਆਮ ਤੌਰ 'ਤੇ ਸਮੁੰਦਰ ਮਾਰਗ ਦੇ ਜ਼ਰੀਏ ਤੈਅ ਕੀਤਾ ਜਾਂਦਾ। ਕੁਛ ਲੋਕ ਬੱਸ ਜਾਂ ਟੈਕਸੀ ਨਾਲ ਵੀ ਇਹ ਸਫ਼ਰ ਕਰਦੇ ਨੇ। ਕੋਲੰਬੀਆ ਤੋਂ ਅਗਲਾ ਪੜਾਅ ਕੋਸਟਾਰੀਕਾ ਪਨਾਮਾ ਹੁੰਦੇ ਹੋਏ ਪਹੁੰਚਿਆ ਜਾਂਦਾ ਹੈ। ਪਨਾਮਾ ਅਤੇ ਪਨਾਮਾ ਪਹੁੰਚਣ ਤੋਂ ਪਹਿਲਾਂ ਖਤਰਨਾਕ ਜੰਗਲ ਡੇਰੀਅਨ ਗੈਪ ਆਉਂਦਾ ਜੋ ਪੈਦਲ ਗੁਜ਼ਰਦਾ। ਉਹ ਪਨਾਮਾ ਦੇ ਜੰਗਲ ਬਹੁਤ ਸਾਰੇ ਲੋਕਾਂ ਨੂੰ ਨਿਗਲ ਜਾਂਦੇ ਨੇ। ਇਸ ਤਰ੍ਹਾਂ ਕੋਸਟਾਰੀਕਾ ਤੋਂ ਅਗਲਾ ਪੜਾਅ ਫਿਰ ਨਿਕਾਰਾਗੂਆ ਹੁੰਦਾ ਅਤੇ ਫਿਰ ਇੱਥੋਂ ਬੱਸ ਜਾਂ ਫਿਰ ਬੋਟ ਦੇ ਜ਼ਰੀਏ ਅਗਲਾ ਰਸਤਾ ਤੈਅ ਕੀਤਾ ਜਾਂਦਾ ਹੈ। ਅਤੇ ਨਿਕਾਰਾਗੂਆ ਤੋਂ ਹੰਡੂਰਸ ਅਤੇ ਫਿਰ ਗੁਆਟੇਮਾਲਾ ਹੁੰਦੇ ਹੋਏ ਮੈਕਸੀਕੋ ਦੇ ਬਾਰਡਰ ਤੱਕ ਪੁੱਜਿਆ ਜਾਂਦਾ ਹੈ। ਮੈਕਸੀਕੋ ਜਾਣੀ ਕਿ ਗੇਟਵੇ ਆਫ ਅਮੈਰੀਕਾ, ਅਮੈਰੀਕਾ ਪਹੁੰਚਣ ਦਾ ਪਹਿਲਾ ਅੰਤਮ ਪੜਾਅ ਆਇਆ। ਅਤੇ ਅਗਲੀ ਚੁਣੌਤੀ ਮੈਕਸੀਕੋ ਅਮਰੀਕਾ ਸੀਮਾ ਤੱਕ ਜਾਣਦੀ ਹੈ। ਮੈਕਸੀਕੋ ਸਿਕਿਉਰਿਟੀ ਫੋਰਸ ਤੋਂ ਬਚਣ ਦੇ ਲਈ ਆਮ ਤੌਰ 'ਤੇ ਰੇਗਿਸਤਾਨ ਦਾ ਰਸਤਾ ਫੜਿਆ ਜਾਂਦਾ ਹੈ। ਮੈਕਸੀਕੋ ਅਮਰੀਕਾ ਬਾਰਡਰ 'ਤੇ 25 ਫੁੱਟ ਉੱਚੀ ਦੀਵਾਰ ਵੀ ਪਾਰ ਕੀਤੀ ਜਾਂਦੀ ਹੈ ਪੌੜੀਆਂ ਦੇ ਰਾਹੀਂ, ਹੋਰ ਸਾਧਨਾਂ ਦੇ ਰਾਹੀਂ। ਅਕਸਰ ਆਪਾਂ ਵੀਡੀਓ ਵੇਖਦੇ ਹਾਂ। ਮੈਕਸੀਕੋ ਅਮੈਰੀਕਾ ਦੀ ਜਿਹੜੀ ਬਾਰਡਰ ਦੀ ਆਪਸ 'ਚ ਲੰਬਾਈ ਹੈ ਉਹ 3140 ਕਿਲੋਮੀਟਰ ਲੰਮਾ ਆਪਸ ਦੇ ਵਿੱਚ। ਅਮੈਰੀਕਾ ਅਤੇ ਮੈਕਸੀਕੋ 3140 ਕਿਲੋਮੀਟਰ ਦੀ ਲੰਮੀ ਸਰਹੱਦ ਹੈ। ਇਹਨਾਂ ਦੋਨੇ ਵੱਡੇ ਖੇਤਰਾਂ ਦੇ ਵਿੱਚ ਦੀਵਾਰ ਬਣੀ ਹੋਈ ਹੈ ਅਤੇ ਇਸ ਨੂੰ ਪਾਰ ਕਰਨ ਦੇ ਲਈ ਅਮੈਰੀਕਾ ਦੇ ਵਿੱਚ ਪ੍ਰਵੇਸ਼ ਕੀਤਾ ਜਾਂਦਾ ਜੋ ਤਕਰੀਬਨ 25-25 ਫੁੱਟ ਉੱਚੀ ਦੀਵਾਰ ਹੈ। ਜੋ ਲੋਕ ਦੀਵਾਰ ਨੂੰ ਪਾਰ ਨਹੀਂ ਕਰ ਪਾਉਂਦੇ ਉਹ ਫਿਰ ਬਾਰਡਰ ਦੇ ਬਰਾਬਰ ਬਹਿੰਦੀ ਰਿਓ ਗ੍ਰਾਂਡ ਨਦੀ ਨੂੰ ਪਾਰ ਕਰਨ ਦਾ ਖਤਰਨਾਕ ਰਸਤਾ ਚੁਣਦੇ ਨੇ ਅਤੇ ਕਈ ਲੋਕ ਉੱਥੇ ਮਾਰੇ ਵੀ ਜਾਂਦੇ ਨੇ। ਸੋ ਇਹ ਪ੍ਰਵਾਸ ਦੀ ਪੀੜ ਹੈ ਜਿਸ ਨੂੰ ਲੈ ਕੇ ਇਹ ਹੁਣ ਡੌਂਕੀ ਫਿਲਮ ਆਈ ਹੈ। ਸ਼ਾਇਦ ਕਰੋੜਾਂ ਰੁਪਏ ਇਸ ਡੌਂਕੀ ਫਿਲਮ ਵਾਲਿਆਂ ਨੇ ਬਣਾ ਜਾਣਾ। ਪਰ ਇਸ ਪ੍ਰਵਾਸ ਦੀ ਪੀੜ ਨੂੰ ਸ਼ਾਇਦ ਉਹੀ ਬਿਹਤਰ ਜਾਣਦਾ ਜਿਸ ਨੇ ਇਸ ਨੂੰ ਹੰਢਾਇਆ। ਮਾਵਾਂ ਪੁੱਤ ਨਹੀਂ ਸਿਆਣਦੀਆਂ ਉੱਥੇ ਜਿਸ ਤਰ੍ਹਾਂ ਦੇ ਹਾਲਾਤ ਨੇ। ਪਰ ਜੇ ਸਾਡੀਆਂ ਸਰਕਾਰਾਂ ਕਿਸੇ ਚੱਜ ਹਾਲ ਦੀਆਂ ਹੋਣ, ਰਿਵਰਸ ਮੈਗਰੇਸ਼ਨ ਦੀ ਗੱਲ ਹੁੰਦੀ ਹੈ, ਇੱਥੇ ਘਰਾਂ ਦੀਆਂ ਤੰਗੀਆਂ ਤਰੁਸ਼ੀਆਂ ਜਾਂ ਅਸੀਂ ਉਹਨਾਂ ਪ੍ਰਵਾਸੀਆਂ ਦੀ ਮਿਹਨਤ ਅਤੇ ਉਹਨਾਂ ਦੇ ਮਰਾਤਵੇ ਵੇਖਦੇ ਹਾਂ, ਪਰ ਇਹ ਨਹੀਂ ਵੇਖਦੇ ਕਿ ਕਿਸ ਤਰ੍ਹਾਂ ਢਿੱਡਾਂ ਨੂੰ ਗੱਠਾਂ ਦੇ ਕੇ ਭੁੱਬਾਂ ਮਾਰਦੇ ਹੋ ਇੱਥੋਂ ਗਏ ਨੇ, ਕਿਹਨਾਂ ਹਾਲਾਤਾਂ 'ਚ ਪਹੁੰਚੇ ਨੇ। ਇੱਕ ਪਾਸੇ ਤੁਸੀਂ ਵੇਖੋ ਕਿ ਵਿਸ਼ਵ ਦੇ ਇਹ ਮੁਲਕ ਵਪਾਰ ਲਈ ਇੰਡੀਆ ਨੂੰ ਆ ਰਹੇ ਨੇ ਅਤੇ ਅਸੀਂ ਇੱਥੋਂ ਦੇ ਵਸਿੰਦੇ ਹੋਣ ਦੇ ਬਾਵਜੂਦ, ਇੱਥੇ ਕੋਠੀਆਂ ਕਾਰਾਂ ਸਭ ਕੁਝ ਹੋਣ ਦੇ ਬਾਵਜੂਦ ਅਸੀਂ ਇੱਥੇ ਰਹਿਣ ਨੂੰ ਸੁਰੱਖਿਅਤ ਨਹੀਂ ਸਮਝਦੇ। ਇਸ ਦੇ ਲਈ ਸਾਡਾ ਸਿਸਟਮ, ਸਾਡੀਆਂ ਸਰਕਾਰਾਂ ਜ਼ਿੰਮੇਵਾਰ ਨੇ, ਜਿਹੜੀਆਂ ਸਰਕਾਰਾਂ ਵੀ ਅਸੀਂ ਖੁਦ ਚੁਣੀਆਂ ਨੇ। ਅਸੀਂ ਅਜੇ ਵੀ ਆਪਣੇ ਬੈਸਟ ਫਿਊਚਰ ਦੇ ਵਾਸਤੇ ਸਹੀ ਮੌਕਾ ਅਤੇ ਸਹੀ ਬੰਦਾ ਨਹੀਂ ਚੁਣ ਪਾ ਰਹੇ ਜਾਂ ਉਸ 'ਤੇ ਸਹੀ ਤਰੀਕੇ ਨਾਲ ਪਹਿਰੇਦਾਰੀ ਨਹੀਂ ਕਰਦੇ। ਇਸ ਦੇ ਲਈ ਸਾਡਾ ਮੀਡੀਆ ਵੀ ਜ਼ਿੰਮੇਵਾਰ ਹੈ ਅਤੇ ਸਾਡੇ ਧਰਮ ਲੋਕ ਵੀ ਜ਼ਿੰਮੇਵਾਰ ਨੇ, ਕਿਉਂਕਿ ਬਹੁਤੀ ਵੋਟ ਧਰਮ ਦੇ ਆਧਾਰ 'ਤੇ ਪੋਲ ਹੁੰਦੀ ਹੈ। ਬਾਬੇ ਵਿਕ ਜਾਂਦੇ ਨੇ, ਡੇਰੇ ਵਿਕ ਜਾਂਦੇ ਨੇ, ਜਿਵੇਂ ਹੁਣ BJP ਕੋਲ ਵਿਕ ਰਹੇ ਨੇ, ਸਰੈਂਡਰ ਕਰ ਰਹੇ ਨੇ ਜਾਂ ਹੋਰਾਂ ਕੋਲ ਵਿਕ ਰਹੇ ਨੇ। ਉਹ ਸਾਡਾ ਜਿਹੜਾ ਬ੍ਰੇਨ ਵਾਸ਼ ਕਰਦੇ ਨੇ ਅਤੇ ਸਾਨੂੰ ਚੰਗੇ ਅਤੇ ਮੰਦੇ ਦੀ ਪਰਖ ਨਹੀਂ ਕਰਨ ਦਿੰਦੇ। ਕੁਛ ਅਸੀਂ ਚੰਗੇ ਅਤੇ ਮੰਦੇ ਦੀ ਪਰਖ ਕਰਨ ਵੇਲੇ ਜਿਹੜਾ ਇਹ ਵਹਿਮ ਪਾ ਲੈਂਦੇ ਹਾਂ ਨਾ ਕਿ ਆਪਣਾ ਮਾਰੂ ਛਾਵੇਂ ਸੁੱਟੂ, ਜਿਹਨੇ ਮਾਰ ਹੀ ਦੇਣਾ ਉਹਨੇ ਛਾਵੇਂ ਧੁੱਪੇ ਕਿੱਥੇ ਸੁੱਟਣਾ, ਕੁਛ ਨਹੀਂ ਹੋਣ ਵਾਲਾ। ਸੋ ਨਵੇਂ ਵਰ੍ਹੇ 'ਤੇ ਇਹ ਰਿਪੋਰਟ ਪੇਸ਼ ਕੀਤੀ ਹੈ। ਇਸ ਦੌਰਾਨ ਪਹਿਲਾਂ ਵੀ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਕਿ ਇਸ ਦੌਰਾਨ ਜਿਹੜੀ ਸਥਿਤੀ ਹੈ ਪ੍ਰਵਾਸ ਦੀ, ਜਿਹੜੀ ਸਥਿਤੀ ਹੈ, 9 ਸਾਲਾਂ ਦੇ ਵਿੱਚ ਭਾਰਤ ਦੇ 2,46,000 ਲੋਕ ਆਪਣਾ ਪਾਸਪੋਰਟ ਸਰੈਂਡਰ ਕਰ ਗਏ ਨੇ ਇੰਡੀਆ ਗੌਰਮੈਂਟ ਨੂੰ।
12 ਸਾਲਾਂ 'ਚ 16,63,440 ਲੋਕ ਭਾਰਤੀ ਨਾਗਰਿਕਤਾ ਛੱਡ ਗਏ ਨੇ। 2022 ਪਿਛਲੇ ਵਰ੍ਹੇ 2,25,620 ਲੋਕਾਂ ਨੇ ਇੰਡੀਆ ਦੀ ਸਿਟੀਜ਼ਨਸ਼ਿਪ ਛੱਡੀ ਹੈ ਅਤੇ ਵਿਦੇਸ਼ ਦੀ ਲਈ ਹੈ। ਕੋਵਿਡ ਦੇ ਵਰ੍ਹੇ 2020 ਦੇ ਵਿੱਚ ਇਕੱਲਾ ਛੱਡ ਦਈਏ ਅਤੇ ਲਗਾਤਾਰ ਪਿਛਲੇ 6 ਵਰ੍ਹੇ ਹਰ ਵਾਰੀ ਇਹ ਅੰਕੜਾ ਦੁੱਗਣਾ ਤਿੱਗਣਾ ਵਧਿਆ। ਸੋ ਭਾਰਤ ਸਰਕਾਰ ਨੇ ਜਿਹੜੇ ਅੰਕੜੇ ਜਾਰੀ ਕੀਤੇ ਨੇ ਉਹ ਅੰਕੜੇ ਦੱਸਦੇ ਨੇ ਕਿ 2014 ਤੋਂ ਲੈ ਕੇ 2022 ਤੱਕ 9 ਸਾਲਾਂ ਦੇ ਦੌਰਾਨ 2,46,580 ਲੋਕਾਂ ਨੇ ਆਪਣੇ ਪਾਸਪੋਰਟ ਸਰੈਂਡਰ ਕਰ ਦਿੱਤੇ ਨੇ। ਸਭ ਤੋਂ ਜ਼ਿਆਦਾ ਦਿੱਲੀ ਦੇ 60,414 ਲੋਕਾਂ ਨੇ ਆਪਣਾ ਪਾਸਪੋਰਟ ਵਾਪਸ ਕੀਤਾ ਗੌਰਮੈਂਟ ਨੂੰ ਕਿ ਅਸੀਂ ਬਾਹਰ ਚਲੇ ਗਏ ਹਾਂ। ਫਿਰ ਨੰਬਰ ਆਉਂਦਾ ਪੰਜਾਬ ਦਾ, ਪੰਜਾਬ ਦੇ ਵੀ 28,117 ਲੋਕਾਂ ਨੇ ਪਾਸਪੋਰਟ ਵਾਪਸ ਕੀਤੇ ਨੇ। ਤੀਜਾ ਨੰਬਰ ਹੈ ਗੁਜਰਾਤ ਦਾ, ਜਿੱਥੇ ਮੋਦੀ ਸਾਹਿਬ ਦਾ ਇੰਨੇ ਵਰ੍ਹੇ ਰਾਜ ਰਿਹਾ, ਸਿਸਟਮ ਸਾਡਾ ਉੱਥੇ ਵੀ ਫੇਲ ਆ, ਉੱਥੇ ਵੀ 22,300 ਲੋਕ ਆਪਣੇ ਪਾਸਪੋਰਟ ਸਰੈਂਡਰ ਕਰ ਗਏ ਨੇ। ਚੌਥਾ ਸੂਬਾ ਹੈ ਗੋਆ, ਜਿੱਥੇ ਟੂਰਿਜ਼ਮ ਬਹੁਤ ਹੈ, 18,600 ਗੋਆ ਨਿਵਾਸੀ ਮੁਲਕ ਛੱਡ ਗਏ ਨੇ। ਮਰਾਠੇ ਜਿਹੜੇ ਦੇਸ਼ ਲਈ ਲੜੇ ਮਰੇ, 17,171 ਮਰਾਠਾ ਦੇਸ਼ ਛੱਡ ਗਿਆ। ਕੇਰਲਾ ਦੇ 16,247 ਲੋਕ ਆਪਣਾ ਪਾਸਪੋਰਟ ਸਰੈਂਡਰ ਕਰ ਗਏ। ਸੋ ਇਸ ਤਰ੍ਹਾਂ ਬੜੀ ਲੰਬੀ ਸਥਿਤੀ ਹੈ। ਹਰਿਆਣੇ ਦੇ 7,426 ਅਤੇ ਯੂਪੀ ਦੇ ਵੀ 6,592 ਬੰਦਾ ਪਾਸਪੋਰਟ ਸਰੈਂਡਰ ਕਰ ਗਿਆ ਅਤੇ ਚੰਡੀਗੜ੍ਹ ਦਾ ਵੀ 1,904 ਬੰਦਾ ਆਪਣਾ ਪਾਸਪੋਰਟ ਗੌਰਮੈਂਟ ਆਫ ਇੰਡੀਆ ਨੂੰ ਸਰੈਂਡਰ ਕਰ ਗਿਆ। ਕਾਰਨ ਇਹ ਹੈ ਕਿ ਠੱਗੀਆਂ ਠੋਰੀਆਂ ਦਾ ਸਿਲਸਿਲਾ ਨਹੀਂ ਰੁਕਦਾ। ਇਹਨਾਂ ਠੱਗੀਆਂ ਠੋਰੀਆਂ ਦੀ ਬਿਨਾਹ 'ਤੇ ਹੀ ਲੋਕ ਇਸ ਮੁਲਕ ਨੂੰ ਛੱਡਣ ਵਾਸਤੇ ਅੱਕ ਚੱਬਦੇ ਨੇ। ਸੋ ਇਹ ਸਮੇਂ ਦੀਆਂ ਸੱਚਾਈਆਂ ਨੇ ਜਿਨ੍ਹਾਂ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ। ਆ ਤੁਸੀਂ ਵੇਖੋ ਕਿ ਇੱਕ NRI ਦੀ 40 ਕਰੋੜ ਦੀ ਜ਼ਮੀਨ ਹੜੱਪਣ ਦੇ ਮਾਮਲੇ 'ਚ 2 ਲੋਕ ਗ੍ਰਿਫਤਾਰ ਹੋਏ ਨੇ ਗੁੜਗਾਉਂ ਦੇ ਵਿੱਚ। 16 ਮਾਰਚ 2020 ਨੂੰ ਧੋਖਾਧੜੀ ਦਾ ਮੁਕੱਦਮਾ ਦਰਜ ਹੋਇਆ ਸੀ। ਇਸ ਸੰਬੰਧੀ ਫਰਜ਼ੀ ਦਸਤਾਵੇਜ਼ ਤਿਆਰ ਕਰਕੇ ਇਸ NRI ਦੀ 40 ਕਰੋੜ ਦੀ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕੀਤੀ ਗਈ। ਦਰਅਸਲ 1 ਮਾਰਚ 2022 ਨੂੰ ਪੂਰਨ ਮਨਚੰਦਾ ਨੇ ਪੁਲਿਸ ਕਮਿਸ਼ਨਰ ਨੂੰ ਇਹ ਸ਼ਿਕਾਇਤ ਕੀਤੀ ਸੀ ਗੁੜਗਾਉਂ ਦੇ ਵਿੱਚ ਕਿ ਬੇਗਮਪੁਰ ਖਟੋਲਾ ਦੇ ਵਿੱਚ ਉਸਦੀ ਜ਼ਮੀਨ ਨੂੰ ਕੁਛ ਫਰਜ਼ੀ ਕਾਗਜ਼ ਤਿਆਰ ਕਰਕੇ ਰਜਿਸਟਰੀ ਕਰਵਾ ਗਿਆ, ਕੋਈ ਬੰਦਾ ਦੱਬ ਗਿਆ। ਇਸ ਤੋਂ ਬਾਅਦ 16 ਮਾਰਚ 2022 ਨੂੰ ਧੋਖਾਧੜੀ ਅਤੇ ਜਾਲਸਾਜ਼ੀ ਦਾ ਮੁਕੱਦਮਾ ਉਹਨਾਂ ਠੱਗਾਂ 'ਤੇ ਹੋਇਆ। ਪੁਲਿਸ ਕਮਿਸ਼ਨਰ ਵਿਕਾਸ ਅਰੋੜਾ ਨੇ SIT ਗਠਿਤ ਕੀਤੀ, ਮਾਮਲੇ ਦੀ ਜਾਣਕਾਰੀ ਲਈ ਗਈ, ਰਿਕਾਰਡ ਖੰਗਾਲਿਆ ਗਿਆ। ਸੋ ਪੁਲਿਸ ਰਿਕਾਰਡ ਦੇ ਵਿੱਚ ਕਈ ਦਸਤਾਵੇਜ਼ ਆਏ ਜੋ ਕਬਜ਼ੇ 'ਚ ਲੈ ਗਏ। ਪੁਲਿਸ ਨੇ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ 'ਚ ਸੁਭਾਸ਼ ਚੰਦ, ਟੋਨੀ ਯਾਦਵ, ਸੰਜੇ ਗੋਸਵਾਮੀ, ਕਾਂਗਰਸ ਨੇਤਾ ਭੀਮ ਸਿੰਘ ਰਾਠੀ ਅਤੇ ਪ੍ਰਦੀਪ ਸਿੰਘ ਦੇ ਰੂਪ ਦੇ ਵਿੱਚ ਸ਼ਨਾਖਤ ਹੋਈ ਹੈ। ਗੁੜਗਾਉਂ ਦੇ ਸੈਕਟਰ 31 ਕ੍ਰਾਈਮ ਬ੍ਰਾਂਚ ਨੇ ਇਸ ਸਾਰੇ ਮਾਮਲੇ ਦੀ ਤਹਿਕੀਕਾਤ ਕੀਤੀ ਅਤੇ ਇਸ ਮਾਮਲੇ 'ਚ 2 ਹੋਰ ਦੋਸ਼ੀ ਵਿਨੋਦ ਕੁਮਾਰ ਨਿਵਾਸੀ ਧਨੋਆ ਅਤੇ ਮਹਿੰਦਰਗੜ੍ਹ ਦਾ ਓਮਵੀਰ, ਇਹ ਲੋਕ ਵੀ ਉਸ ਦੇ ਵਿੱਚ ਨਾਮਜ਼ਦ ਕੀਤੇ। ਹਾਲਾਂਕਿ ਇਹ ਕਾਂਗਰਸੀ ਨੇਤਾ ਪਹਿਲਾਂ ਵੀ ਕਈ ਇਸ ਤਰ੍ਹਾਂ ਦੀਆਂ ਠੱਗੀਆਂ ਮਾਰ ਚੁੱਕਾ ਹੈ। ਹੁਣ ਆਪਣੇ ਇੱਕ ਬਹੁਤ ਹੀ ਸਤਿਕਾਰ ਸਰੋਤੇ ਨੇ ਭੈਣ ਰਾਣੀ, ਉਹ ਆਰਮੀ ਬੈਕਗਰਾਊਂਡ 'ਚੋਂ ਨੇ, ਯੂਪੀ ਦੇ ਵਿੱਚ ਉਹਨਾਂ ਦੀ ਕਰੋੜਾਂ ਰੁਪਏ ਦੀ ਜ਼ਮੀਨ BJP ਦਾ ਇੱਕ ਨੇਤਾ ਦੱਬ ਗਿਆ, ਜਿਸ ਨੂੰ ਹੁਣ ਉਹ ਛਡਾਉਣ ਦੇ ਲਈ ਜੱਦੋਜਹਿਦ ਕਰਦੇ ਨੇ। ਇਸ ਸਮੇਂ ਦਾ ਸੱਚ ਹੈ ਕੀ ਕਾਂਗਰਸੀਏ, ਕੀ ਆਪ ਵਾਲੇ, ਕੀ ਅਕਾਲੀ, ਕੀ ਭਾਜਪਾਈ, ਬਰੀ ਕਿਸੇ ਪਾਰਟੀ ਨੂੰ ਨਹੀਂ ਕੀਤਾ ਜਾ ਸਕਦਾ। ਜਿਸ ਤਰ੍ਹਾਂ ਦੀ ਸਥਿਤੀ ਹੈ, ਗੰਦੇ ਆਂਡੇ ਹਰ ਪਾਰਟੀ 'ਚ ਹਰ ਘਰ 'ਚ ਨੇ। ਜੋ ਹੱਕ ਪਰਾਇਆ ਨਾਨਕਾ, ਉਹ ਸੂਰਸ ਗਾਏ ਦੇ ਮਹਾਂਵਾਕ ਦੇ ਧੁਰੋਂ ਵਿਰੋਧੀ ਨੇ।
ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਕਾਰਨ ਬਣਦੇ ਨੇ ਜਿਸ ਕਰਕੇ ਬੰਦਾ ਆਪਣਾ ਘਰ ਛੱਡ ਕੇ ਬੇਦਾਵਾ ਲਿਖਦਾ ਇਸ ਮੁਲਕ ਨੂੰ ਆਪਣਿਆਂ ਨੂੰ। ਸੋ ਇਹ ਸੋਚਣਾ ਵਿਚਾਰਨਾ ਚਾਹੀਦਾ ਕਿ ਅੱਛੇ ਦੇ ਵਾਸਤੇ ਜਾਈਏ, ਜੀ ਸਦਕੇ ਜਾਈਏ, ਪਰ ਜਿਸ ਦਾ ਮਜਬੂਰਨ ਪ੍ਰਵਾਸ ਹੁੰਦਾ ਨਾ ਉਹ ਬਹੁਤ ਮਾੜਾ। ਆਪਣੇ ਬੈਟਰ ਭਵਿੱਖ ਲਈ ਬੰਦਾ ਕੋਈ ਹੌਲਾ ਫੱਕਦਾ, ਔਖਾ ਹੁੰਦਾ, ਕਿਤੇ ਨਾ ਕਿਤੇ ਬਰਦਾਸ਼ਤ ਹੁੰਦਾ, ਅਤੇ ਜਦੋਂ ਮਜਬੂਰਨ ਇਸ ਤਰ੍ਹਾਂ ਦਾ ਪ੍ਰਵਾਸ ਹੁੰਦਾ ਤਾਂ ਫਿਰ ਕਲੇਜਾ ਮੂੰਹ ਨੂੰ ਆਉਂਦਾ। ਉਹਦੇ ਲਈ ਜ਼ਿੰਮੇਵਾਰ ਲੋਕਾਂ ਨੂੰ ਜ਼ਰੂਰ ਨੰਗੀਆਂ ਕਰਨਾ ਚਾਹੀਦਾ। ਭਾਨ ਸਿੰਘ ਗਰੇਵਾਲ ਲਿਖਦੇ ਨੇ, ਕਹਿੰਦੇ ਮੈਕਸੀਕੋ ਬਾਰਡਰ ਤੋਂ ਬਹੁਤ ਬੰਦੇ ਲੰਘ ਕੇ ਆਉਂਦੇ ਨੇ, ਇਹ ਵਾਪਰ ਰਿਹਾ, ਪਰ ਇਹ ਸਮਝਣਾ ਹੋਏਗਾ ਕਿ ਇਕੱਲੀਆਂ ਤਰੀਖਾਂ ਬਦਲਣ ਨਾਲ ਅਤੇ ਇਕੱਲੇ ਅਹਿਦ ਕਰਨ ਨਾਲ ਕੁਛ ਨਹੀਂ ਹੋਣਾ। ਸਾਨੂੰ ਆਪਣੀਆਂ ਬੁਰੀਆਂ ਚੀਜ਼ਾਂ ਛੱਡਣੀਆਂ ਹੋਣਗੀਆਂ। ਸ਼ਾਇਦ ਨਵੇਂ ਵਰ੍ਹੇ ਦੀ ਮੁਬਾਰਕ ਉਹੀ ਹੈ ਜੇ ਕਿ ਅਸੀਂ ਇਸ ਦਾ ਕਿਸੇ ਦੇ ਹੱਕ ਹਕੂਕ ਜਾਂ ਕਿਸੇ ਦੀ ਜ਼ਿਆਦਤੀ ਤੋਂ ਗੁਰੇਜ਼ ਕਰੀਏ, ਕਿਸੇ ਦਾ ਹੱਕ ਹਕੂਕ ਹੜੱਪਣ ਤੋਂ ਗੁਰੇਜ਼ ਕਰੀਏ, ਤਾਂ ਸ਼ਾਇਦ ਇਹੀ ਧਰਮ ਹੈ, ਇਹੀ ਇਨਸਾਨੀਅਤ ਹੈ, ਅਤੇ ਇਹੀ ਨਵੇਂ ਦਿਨਾਂ ਨੂੰ ਮੁਬਾਰਕ ਹੈ। ਸੋ ਧੰਨਵਾਦ, ਇਹ ਸੀ ਰਿਪੋਰਟ। ਉਮੀਦ ਹੈ ਤੁਹਾਨੂੰ ਜ਼ਰੂਰ ਟੁੰਬਦੀ ਹੋਏਗੀ, ਚੰਗੀ ਲੱਗੀ ਅਤੇ ਅੱਗੇ ਸ਼ੇਅਰ ਅਤੇ ਸਾਂਝੀ ਜ਼ਰੂਰ ਕਰਿਓ। ਟਿਵਾਣਾ ਰੇਡੀਓ ਦੇ ਪ੍ਰੋਗਰਾਮਾਂ ਨੂੰ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7 ਤੋਂ 9 ਅਤੇ ਸ਼ਾਮੀ 7:30 ਤੋਂ 9:30 ਤੁਸੀਂ ਲਾਈਵ ਸੁਣਦੇ ਹੋ, ਅਤੇ ਆਪਣੀ ਵੈਬਸਾਈਟ ਹੈ tiwanaradio.com ਜਿੱਥੇ ਤੁਹਾਨੂੰ ਆਈਫੋਨ ਦੇ ਐਂਡਰਾਇਡ ਐਪਸ ਮਿਲਣੀਆਂ। ਇੰਸਟਾਲ ਕਰੋ ਟਿਵਾਣਾ ਰੇਡੀਓ ਦੇ ਫੇਸਬੁੱਕ ਅਤੇ ਯੂਟਿਊਬ ਪੇਜ 'ਤੇ ਆਪਾਂ ਲਾਈਵ ਹੁੰਦੇ ਹਾਂ। ਇਹਨਾਂ ਸਾਰੇ ਵੀਡੀਓ 'ਤੇ ਲਿੰਕ, ਕੁਛ ਆਪਾਂ ਵੀਡੀਓ ਪਾਉਂਦੇ ਹਾਂ, ਰੇਡੀਓ 'ਤੇ ਨਹੀਂ ਚਲਾਉਂਦੇ, ਉਹਨਾਂ ਵੀਡੀਓ 'ਤੇ ਆਡੀਓ ਪ੍ਰੋਗਰਾਮਾਂ ਦੇ ਲਿੰਕ ਆਪਣੇ ਵਟਸਐਪ ਗਰੁੱਪ ਨੰਬਰ 9876630956 'ਤੇ ਮੰਗਵਾ ਸਕਦੇ ਹੋ, 9876630965। ਮਾਵੀ ਸਾਹਿਬ ਸਵਾਗਤ ਹੈ ਆਪ ਜੀ ਦਾ।